ਸਵਾਗਤ ਹੈ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਮੇਰੇ ਨਾਲ ਸਾਧਨ ਦੇ ਭਾਈ ਜੈਵੀਰ ਸਿੰਘ ਜੀ ਜਿਹੜੇ ਸਾਡੇ ਮਹਿਮਾਨ ਹਨ ਦਿੱਲੀ ਤੋਂ ਅੱਜ ਕੱਲ ਸਰੀ ਵਿੱਚ ਭਾਈ ਸਾਹਿਬ ਆਏ ਹੋਏ ਨੇ ਤੇ ਗੁਰਦੁਆਰਾ ਤੇਗ ਬਹਾਦਰ ਸਾਹਿਬ ਵਿੱਚ ਇਹ ਹਰ ਰੋਜ਼ ਕਥਾ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਵਿਸਥਾਰ ਵਿੱਚ ਅਸੀਂ ਨਾਲ ਵੱਖ-ਵੱਖਰੇ ਮੁੱਦਿਆਂ 'ਤੇ ਸਾਂਝ ਪਾਇਆ ਕਰਾਂਗੇ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਭਾਈ ਜੈਵੀਰ ਸਿੰਘ ਜੀ ਦਾ ਜੈ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਿੱਲੀ ਤੋਂ ਜੀ ਤੁਸੀਂ ਇੱਥੇ ਆਏ ਹੋ ਥੋੜਾ ਜਿਹਾ ਆਪਣੇ ਬਾਰੇ ਦੱਸੋ ਕਦੋਂ ਤੋਂ ਤੁਸੀਂ ਸੰਗਤ ਵੇ ਹਰਪ੍ਰੀਤ ਸਿੰਘ ਜੀ ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਨਾ ਏਕੰਕਾਰਾ ਸਤਿਗੁਰੂ ਤਹ ਪ੍ਰਸਾਦ ਸੁਖ ਹੋਏ ਵਾਹਿਗੁਰੂ ਦੀ ਕੀ ਫਤਿਹ ਬਿਗੰ ਬਿਨਾ ਸੰਸੋਏ ਇਹ ਹੈ ਇੱਕ ਵਿਦਵਾਨ ਦੀ ਵਿਚਾਰ ਜੀ ਸੋ ਸਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਫਿਰ ਫਤਿਹ ਬੁਲਾਈਏ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜਿਹੜੀ ਗੱਲ ਹੈ ਤਕਰੀਬਨ ਮੈਨੂੰ 22 ਸਾਲ ਹੋ ਗਏ ਨੇ ਦਿੱਲੀ ਦੇ ਵਿੱਚ ਜੀ ਗੁਰੂ ਮਾਹ ਦੀ ਕਿਰਪਾ ਮੈਂ 99 ਦੇ ਵਿੱਚ ਰੋਪੜ ਜਿਹੜਾ ਜੋਹਾਰ ਸਿੰਘ ਮਿਸ ਨੀ ਕਾਲਜ ਹੈ ਰੋਪੜ ਦੇ ਉਥੋਂ ਵਿਦਿਆ ਹਾਸਲ ਕੀਤੀ ਹੈ ਅੱਛਾ ਜੀ ਤੇ ਤਕਰੀਬਨ 2000 ਤੋਂ ਦਿੱਲੀ ਦੇ ਵਿੱਚ ਮਹਾਰਾ ਦੀ ਅਸੀਸ ਕਿਰਪਾ ਵਾਏ ਕੋ ਦੀ ਅਸੀਸ ਕਿਰਪਾ ਦਿੱਲੀ ਦੇ ਵਿੱਚ ਜਿਹੜੇ ਵੱਖ-ਵੱਖ ਗੁਰਦੁਆਰੇ ਨੇ ਜੀ ਮੰਗਲਾ ਸਾਹਿਬ ਹੋਵੇ ਸੀਸਗੰਨ ਸਾਹਿਬ ਹੋਵੇ ਜਾਂ ਹੋਰ ਕੋਈ ਸਿੰਘ ਸਭਾ ਹੋਵੇ ਮਹਾਰਨ ਸੇਵਾ ਲਈ ਤੇ ਤਕਰੀਬਨ ਮੈਂ ਹੁਣ 6 ਸਾਲ ਤੋਂ ਪਟੇਲ ਨਗਰ ਦੇ ਵਿੱਚ ਜਿਹੜਾ ਪਾਠ ਬੋਧ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਪਾਠ ਬੋਲਦਾ ਉਦਾਹਾਰਨ ਕੀ ਹੈ ਬਿਸਰਾਮ ਕੀ ਹੈ ਗੁਰਬਾਣੀ ਵਿਆਕਰਣ ਕੀ ਕਹਿੰਦੀ ਹੈ ਇਸੇ ਤਰ੍ਹਾਂ ਸੰਗਤਾਂ ਬੰਨਦੀਆਂ तकरीबन ਮਹਾਰਾਜ ਦੀ ਕਿਰਪਾ ਹੈ ਸੀ 70 80 ਪੋਥੀਆਂ ਉੱਤ ਲੱਗਦੀਆਂ ਹਨ ਤੇ ਸੰਗਤ ਵਧ ਵੀ ਹੋ ਜਾਂਦੀ ਹੈ ਤੇ ਦਾਸ ਉੱਤੇ ਬਹਿ ਕੇ ਸੰਤ ਪੂਰੀ ਸੰਥਿਆ 2011 ਦੇ ਵਿੱਚ ਸ਼ੁਰੂ ਕੀਤਾ ਸੀ ਤੇ ਐਸਾਲ ਸਮਾਪਤੀ ਕੀਤੀ ਦੂਜੀ ਸੇਵਾ ਮੇਰੀ ਜਿਹੜੀ ਹੈ ਨਾ ਪੰਥ ਦੀ ਮਹਾਨ ਅਸਤੀ ਜਿੰਨਾ ਮੈਂ ਸਤਿਕਾਰ ਕਰਾਂ ਔਰ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਨਾ ਉਸਤਾਜ ਜੋਗਿੰਦਰ ਸਿੰਘ ਜੀ ਉਹਨਾਂ ਦੇ ਵਿਦਿਆਲੇ ਦੇ ਵਿੱਚ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਉਹਨਾਂ ਦੇ ਕੋਲ ਗਿਆਨ ਦੀ ਕਮੀ ਨਹੀਂ ਉਹਨਾਂ ਦੇ ਕੋਲ ਸੇਵਾ ਦੀ ਕਮੀ ਨਹੀਂ ਪਰ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਜਿਹੜੇ ਉੱਥੇ ਦੇ ਵਿਦਿਆਰਥੀ ਹੈਗੇ ਜੀ ਉਹਨਾਂ ਦੀ ਸੇਵਾ ਗੁਰਬਾਣੀ ਦਾ ਹੀ ਮੈਂ ਕਰ ਸਕਾਂ ਤੇ ਵੀਰ ਜੀ ਹਰਪ੍ਰੀਤ ਸਿੰਘ ਜੀ ਮੈਂ ਤਕਰੀਬਨ ਉਸ ਵਾਹਿਗੁਰੂ ਦੀ ਕਿਰਪਾ ਨਾਲ ਅੰਗ-ਸੰਗ ਜਾਣ ਕੇ ਵਾਹਿਗੁਰੂ ਨੂੰ ਤੇ ਮੈਂ ਬੱਚਿਆਂ ਨੂੰ ਉੱਥੇ ਆਸਾ ਕੀ ਬਾੜ ਆਸਾ ਕੀ ਵਾਰ ਦਾ ਹਰ ਉਚਾਰਣ ਉਹਦਾ ਆਖਰੀ ਅਰਥ ਜਿਹੜਾ ਨਾ ਉਹ ਬੱਚਿਆਂ ਨੂੰ ਕਰਾਇਆ ਉਹਨਾਂ ਬੱਚਿਆਂ ਦੀ ਅਸੀਸ ਤੇ ਉਸਤਾਦ ਜੀ ਦੀ ਕਿਰਪਾ ਨਾਲ ਮੈਂ ਸਰੀ ਦੇ ਵਿੱਚ ਆਏ ਹਾਂ ਜੀ ਤੇ ਸਰਤਾਪ ਰਣਜੀਤ ਸਿੰਘ ਜੀ ਦੇ ਕੋਲ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਗੱਲ ਰਹੀ ਤਕਰੀਬਨ 20-22 ਸਾਲ ਤੋਂ ਮੈਂ ਦਿੱਲੀ ਦੇ ਵਿੱਚ ਸੇਵਾ ਕਰ ਰਿਹਾ ਹਾਂ ਪਰ ਗੱਲ ਉਹੀ ਹੈ ਕਿ ਹਮ ਰੁੱਲਤੇ ਫਿਰਦੇ ਕੋਈ ਬਾਤ ਨਾ ਪੁੱਛ ਕਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਬਾਣੀ ਦੇ ਬਾਰ ਬਾਰੇ ਗੱਲ ਕੀਤੀ ਹੈ ਮਾਣ ਨਾ ਕੀਜੇ ਸ਼ਰਨ ਪਰਿਜੇ ਕਰੈ ਸੋ ਬਲਾ ਮਨਾਈ ਕਿ ਕਦੇ ਵੀ ਮੇ ਕੋ ਠੀਕ ਹੈ ਹੈ ਤਾਂ ਬਹੁਤ ਵੱਡੀ ਸੇਵਾ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਇਸ ਤੋਂ ਵੱਡੀ ਸੇਵਾ ਹੈ ਕੋਈ ਨਹੀਂ ਬੰਦੇ ਨੂੰ ਰੱਬ ਨਾਲ ਜੋੜਨਾ ਬੰਦਿਆਂ ਨੂੰ ਗੁਰੂ ਨਾਲ ਜੋੜਨਾ ਭਾਈ ਗੁਰਦਾਸ ਨੇ ਬਖਸ਼ਿਸ਼ ਕੀਤੀ ਇਹ ਸਭ ਤੋਂ ਵੱਡੀ ਸੇਵਾ ਦੁਨੀਆ ਦੀ ਕਿੰਨੇ ਪਿਆਰੇ ਬੋਲ ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨ ਨੇ ਤੇ ਐਸਾ ਪੁੰਨ ਸਿੱਖ ਕੋ ਇੱਕ ਸਭਾ ਸਿਖਾਏਗਾ ਸਮਝਦੇ ਹੋ ਨਾ ਕਹਿਣ ਲੱਗੇ ਜਿਸ ਤਰ੍ਹਾਂ ਕੋਈ 100 ਕਿਲੇ ਜਾਂ 100 ਕਿਲੇ ਜਾਂ ਇਸ ਤਰ੍ਹਾਂ ਕਹਿ ਲੋ ਸੋਨੇ ਦੇ ਮਹਿਲ ਬਣਾ ਕੇ ਦਾਨ ਕਰ ਦੋਵੇ ਨਾ ਭਾਈ ਗੁਰਦਾਸ ਜੀ ਕਹਿਣ ਲਗੇ ਸਿਖਾ ਇੰਨਾ ਵੱਡਾ ਪੁੰਨ ਮਿਲੇਗਾ ਕਿਸੇ ਬੰਦੇ ਨੂੰ ਬਾਣੀ ਨਾਲ ਜੋੜੀ ਜੇਕਰ ਕਿਸੇ ਨੂੰ ਜਪਜੀ ਸਾਹਿਬ ਨਹੀਂ ਆਉਂਦੀ ਕਿਸੇ ਨੂੰ ਮੂਲ ਮੰਤਰ ਦੇ ਅਰਥ ਨਹੀਂ ਹੁੰਦੇ ਦਸੀ ਔਰ ਬਿਰਸੇ ਨਾਲ ਜੋੜੀ ਉਹਨਾਂ ਨੂੰ ਆਖੀ ਸਿੰਘੋ ਵੇਲਾ ਹੈ ਜਾਗਣ ਦਾ ਨਾ ਸੁੱਤੇ ਆ ਉਮਰ گزارੋ ਜੋ ਸੁੱਤੇ ਰਹੇ ਉਹ ਲੁੱਟ ਗਏ ਹੁਣ ਉੱਠ ਕੇ ਹਮਲਾ ਮਾਰੋ ਸਮਝਦੋ ਨਾ ਗੱਲ ਬਿਲਕੁਲ ਭਾਈ ਉਹ ਵਿਦਵਾਨ ਦਾ ਦਰਦ ਵੇਖੋ ਵੀਰ ਹਰਪੀ ਸਿੰਘ ਜੀ ਕੀ ਸਿੰਘ ਉਹ ਹੁਣ ਵੇਲਾ ਹੈ ਜਾਗਣ ਦਾ ਨਾ ਸੁੱਤੇ ਆ ਉਮਰ گزارੋ ਜੋ ਸੁੱਤੇ ਰਹੇ ਉਹ ਲੁੱਟ ਗਏ ਹੁਣ ਉੱਠ ਕੇ ਹਮਲਾ ਮਾਰੋ ਗਿਆ ਵਕਤ ਫਿਰ ਹੱਥ ਨਹੀਂ ਆਉਂਦਾ ਸਿੱਖ ਜਗਤ ਦੇ ਲੋਕੋ ਰੁੜਦੀ ਜਾ ਰਹੀ ਸਿੱਖੀ ਨੂੰ ਹੋਨਾਂ ਅਸਿਆਣਾ ਬਰੋ ਸਾਰਾ ਕੋ ਠੀਕ ਨਹੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਅਸੀਂ ਪਹਿਲੇ ਤਾਰੀ ਕਰੀਏ ਅਸੀਂ ਪੰਥ ਦੇ ਇੱਕ ਪੰਥੀ ਆ ਤੇ ਉਹ ਵਿਦਵਾਨ ਕਹਿੰਦਾ ਹੈ ਕਹਿਣ ਲੱਗੇ ਹੋਰ ਕੰਮ ਦੇ ਵਾਸਤੇ ਸੋਚ ਵਿਚਾਰ ਕਰ ਲੈਣਾ ਪਰ ਗੁਰੂ ਸਾਹਿਬ ਦੇ ਲਾਲਾਂ ਦਾ ਹੁਣ ਚੜਿਆ ਕੜਜ ਉਤਾਰੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਜ਼ਿਕਰ ਹੈ ਹਮ ਰਹਿ ਮਸਤਕ ਦਾਗ ਦਗਾਨਾ ਹਮ ਕੜਜ ਗੁਰੂ ਬੋਸਾਂਡੇ ਸੋ ਵਿਰਦੀ ਦਿਲੋਂ ਬੇਨਤੀ ਕਰੀਏ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਧੰਨਵਾਦ ਕਰੀਏ ਸਤਿਗੁਰੂ ਜੀ ਤੁਸੀਂ ਸਾਨੂੰ ਇਸ ਲਾਇਕ ਬਣਾਇਆ ਕਿ ਅਸੀਂ ਆਮ ਵੀ ਜੁੜੀਏ ਕਿਉਂਕਿ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ ਦੂਜੇ ਨੂੰ ਜੋੜਨਾ ਇੱਕ ਬਾਦ ਦੀ ਗੱਲ ਹੈ ਬਿਲਕੁਲ ਬਿਲਕੁਲ ਬਾਣੀ ਦੇ ਵਿੱਚ ਬਾਰ-ਬਾਰ ਵੀਰ ਜੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਦੂਜੇ ਨੂੰ ਨਹੀਂ ਸਮਝਾਣਾ ਸਭ ਤੋਂ ਪਹਿਲਾਂ ਆਪਣੇ ਉੱਤੇ ਝਾਤੀ ਮਾਰਨੀ ਹੈ ਦੋ ਕੰਮ بڑے ਸੋਖੇ ਨੇ ਦੂਜੇ ਨੂੰ ਸਲਾਹ ਦੇਣੀ ਦੂਜੇ ਦੇ ਵਿੱਚ ਕਮੀ ਕਰਨੀ पर मेरे सतगुरु जी ने दोमे कम नहीं कीते गुरु ग्रंथ साहिब जी ਦੇ ਵਿੱਚ ਦੂਜੇ ਨੂੰ ਸਲਾਹ ਨਹੀਂ ਪਹਿਲਾਂ ਆਪਣੇ ਆਪ ਦੀ ਗੱਲ ਕਰਕੇ ਤੇ ਆਪਣੀਆਂ ਕਮਜ਼ੋਰੀਆਂ ਦੁਨੀਆ ਦੇ ਸਾਹਮਣੇ ਰੱਖ ਕੇ ਇੱਕ ਨਮਰਤਾ ਵਿਖਾਈ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਤਰ੍ਹਾਂ ਦੇ ਬੋਲ ਬੜੇ ਆਉਣਗੇ ਕਿ ਹਮ ਮੈਲੇ ਹਮ ਨਿਰਗੁਣ ਹਮ ਪਾਪੀ ਹਮ ਮੂਰਖ ਇਸ ਹਨ ਆਂਦੇ ਨਾ ਗੁਰੂ ਮਹਾਰਾਜ ਦੇ ਵਿੱਚ ਇਹ ਕਮੀਆਂ ਨਹੀਂ ਸਨ ਰਾਈਟ ਦੁਨੀਆ ਜਾਣਦੀ ਏ اور சதਗुरू जी ਦੇ ਵਿਚਾਰਾਂ ਜਦੋਂ ਅਸੀਂ ਦੁਨੀਆ ਦੇ ਪ사ੜਦੇ ਆ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਦੀ ਬਾਣੀ ਵਿਚਾਰਦੇ ਆ ਤੇ ਬਾਣੀ ਕੀ ਕਹਿੰਦੀ ਗੁਰ ਜੈਸਾ ਨਾ ਹੀ ਕੋ ਦੇ ਕਹਿਣ ਲੱਗੇ ਦੁਨੀਆ ਵਿੱਚ ਹੈ ਹੀ ਨਹੀਂ ਔਰ ਗੁਰੂ ਮਹਾਰਾ ਜੀ ਨੇ ਕੀ ਕਿਹਾ 19 ਰਾਗਾਂ ਦੇ ਵਿੱਚ ਬਾਣੀ ਹੈ ਗੁਰੂ ਨਾਨਕ ਸਾਹਿਬ ਜੀ ਦੀ ਵੇਖੋ ਵੀਰ ਹਰਪ੍ਰੀਤ ਸਿੰਘ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾ ਨੂੰ ਦੁਨੀਆ ਆਪਣਾ ਸਤਕਾੜ ਦਿੰਦੀ ਹੈ ਸੀਸ ਨਾ ਕਰਦੀ ਔਰ ਗੁਰੂ ਨਾਨਕ ਦੇਵ ਜੀ ਮਹਾਰਾ ਜੀ ਕਹਿਣ ਲੱਗੇ ਦੁਨੀਆ ਦੇ ਲੋਕੋ ਮੈਂ ਨੀਵਾ ਹਾਂ ਮੈਂ ਬੜਾ ਨੀਚਾਂ ਵੇਖੋ ਕਿੰਨੇ ਪਿਆਰੇ ਬੋਲ ਨਾਨਕ ਨੀਚ ਕਹ ਹੈ ਵਿਚਾ ਇਹ ਇੱਥੇ ਮੇਰੇ ਸਤਿਗੁਰੂ ਜੀ ਨੇ ਆਪਣੇ ਆਪ ਨੀ ਮੰਗੇ ਸੋ ਗੰਧ ਕੀ ਚੱਲ ਰਹੀ ਸੀ ਕਿ ਕੇਵਲ ਅਸੀਂ ਜਿੱਥੇ ਸਾਡਾ ਇਹ ਫੜਜ ਹੈ ਸਾਡਾ ਇਹ ਮੁੱਢਲਾ ਫੜਦੇ ਕਿਉਂਕਿ ਜਿਹੜਾ ਬੰਦਾ ਤਿੰਨ ਗੱਲਾਂ ਯਾਦ ਰੱਖਦਾ ਨਾ ਵਿੜਦੀ ਉਹ ਜ਼ਿੰਦਗੀ ਦੇ ਵਿੱਚ ਕਦੇ ਮਾਰ ਨਹੀਂ ਖਾਂਦਾ ਸਭ ਤੋਂ ਪਹਿਲਾ ਹੈ ਕੜਜ ਦੋਜਾ ਹੈ ਮੜਜ ਤੇ ਤੀਜਾ ਹੈ ਫੜਜ ਅਸੀਂ ਉਹ ਦੋ ਗੱਲਾਂ ਦੀ ਗੱਲ ਵਿਚਾਰ ਬਾਅਦ ਵਿੱਚ ਕਰਾਂਗੇ ਸਾਡਾ ਬਿਸਾ ਚੱਲ ਰਿਹਾ ਹੈ ਹੁਣ ਫੜਜ ਕੀ ਹੈ ਸਾਡਾ ਜਿਵੇਂ ਤੁਸੀਂ ਕੱਲ੍ਹ ਕੀਤੀ ਸੀ ਨਾ ਵੀ ਤੁਸੀਂ ਕੀ ਕਰਦੇ ਹੋ ਤੇ ਕੀ ਕਰਨਾ ਚਾਹੀਦਾ ਤੇ ਸਾਨੂੰ ਅਸੀਂ ਕੀ ਕਰਦੇ ਹਾਂ ਉਹ ਸਾਨੂੰ ਕੀ ਕਰਨਾ ਚਾਹੀਦਾ ਸਾਡਾ ਸਭ ਤੋਂ ਵੱਡਾ ਫੜਜ ਹੈ ਕਿ ਅਸੀਂ ਆਪ ਵੀ ਜੁੜੀਏ ਦੂਜਿਆਂ ਨੂੰ ਜੋੜੀਏ ਗੱਲ ਰਹੀ ਕਿਸੇ ਵੀ ਕੌਮ ਜਾਂ ਕਿਸੇ ਵੀ ਧਰਮ ਜਾਂ ਕਿਸੇ ਪੰਥ ਨੂੰ ਵੇਖਣਾ ਹੋਵੇ ਉਦੀ ਜਿਹੜੀ ਨਵੀਂ ਪਨੀਰੀ ਹੈ ਨਾ ਜਿਹੜੇ ਬੱਚੇ ਨੇ ਕਿਉਂਕਿ ਵੇਖੋ ਅਸੀਂ ਆਮ ਇਹ ਗੱਲਾਂ ਸੁਣਦੇ ਹਾਂ ਛੇ ਜਿਆਦਾ ਵੀ ਕੱਢਦੇ ਹਾਂ ਵੀ ਜਿਹੜੇ ਬੱਚੇ ਨੇ ਉਹ ਸਾਡਾ ਭਵਿਕ ਨੇ ਬਿਲਕੁਲ ਸੱਚ ਗੱਲ ਹੈ ਪਰ ਇਹਨਾਂ ਬੱਚਿਆਂ ਨੂੰ ਕਿਸੇ ਹੋਰ ਨੇ ਨਹੀਂ ਜੋੜਨਾ ਹੈ ਨਾ ਬੱਚਿਆਂ ਨੂੰ ਅਸੀਂ ਹੀ ਜੋੜਨਾ ਹੈ ਔਰ ਇਹਨਾਂ ਬੱਚਿਆਂ ਨੂੰ ਜੋੜਨ ਵਾਸਤੇ ਅਸੀਂ ਕਿਤੇ ਹੋਰ ਵੀ ਨਹੀਂ ਜਾਣਾ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਾਂ ਆਪਣਾ ਵਿਰਸਾ ਬੜਾ ਅਮੀਰ ਹੈ ਅਸੀਂ ਇਹਨੇ ਬੜੇ ਅਮੀਰ ਵਿਰਸੇ ਦੇ ਮਾਲਕ ਹਾਂ ਕਿ ਦੁਨੀਆ ਸਾਡੇ ਕੋਲ ਉਹ ਖਜ਼ਾਨਾ ਲੈ ਲੈ ਕੇ ਸਾਨੂੰ ਆ ਵੰਡ ਕੇ ਉਹਦੇ ਵਿੱਚ ਮੋਰ ਆਪਣੀ ਲਾਰ ਰਹੇ ਨੇ ਪਰ ਮੇਰੇ ਮਹਾਰਾਜ ਨੇ ਬਖਸ਼ੀ ਸਾਹਿਬ ਕੀਤੀਆਂ ਕਹਿਣ ਲੱਗੇ ਕਿ ਤੇ ਜਾਣ ਦੀ ਲੋੜ ਨਹੀਂ ਜਦੋਂ ਤੁਸੀਂ ਬਾਣੀ ਆਪ ਪੜੋਗੇ ਨਾ ਜਿਹੜਾ ਬੱਚਾ ਜਿਹੜਾ ਵਜੁਰਗ ਜਾਂ ਜਿਹੜਾ ਪਰਵਾਰ ਦਾ ਮੋਢੀ ਹੈ ਕੋਈ ਵੀ ਜਿਹੜਾ ਆਪ ਅੰਮ੍ਰਿਤ ਵੇਲੇ ਉਠੇਗਾ ਬਾਣੀ ਪੜੇਗਾ ਉਹ ਵੇਖਾਂ ਵੇਖੀ ਉਦੇ ਬੱਚੇ ਆਪੇ ਜੁੜਨਗੇ ਤੇ ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ हे انسان हे ਮਨੁਖੇ ਪ੍ਰਾਣੀ ਹੈ ਜੀ ਸਮਾਕਰ ਤੇ ਗੁਰੂ ਦੇ ਚਰਨਾਂ ਬੇਚਾ ਬਹੁਤ ਜੀ ਬਹੁਤ سارے ਟੌਪਿਕਸ ਨੂੰ ਤੁਸੀਂ ਟੱਚ ਕੀਤਾ ਹੈ ਭਾਈ ਸਾਹਿਬ ਧੰਨਵਾਦ ਤੁਹਾਡਾ ਇੱਥੇ ਆ ਕੇ ਸਾਂਝ ਪਾ ਰਹੇ ਹੋ ਤੁਸੀਂ ਸਵਾਲ ਅੰਦਰ ਜੀ ਗੁਰੂ ਸਾਹਿਬ ਨੇ ਤੇ ਹੋਕਾ ਦਿੱਤਾ ਸਚ ਨਾਲ ਜੋੜਿਆ ਦਿੱਲੀ ਤੋਂ ਤੁਸੀਂ ਆਏ ਹੋ ਹਿੰਦੁਸਤਾਨ ਦੇ ਜੋ ਸਥਿਤੀ ਬਣੀ ਪਈ ਹੈ ਜੋਸੀਂ ਸੁਣਦੇ ਆ ਇੱਥੇ ਵੀ ਉਹੀ ਹਾਲ ਨੇ ਉੱਥੇ ਵੀ ਉਹੀ ਹਾਲ ਨੇ ਅੱਜ ਇੰਨਾ ਪ੍ਰਭਾਵ ਸਾਡੇ ਤੇ ਬਾਕੀਆਂ ਚੀਜ਼ਾਂ ਦਾ ਪੈ ਰਿਹਾ ਕਿ ਅਸੀਂ ਬਾਣੀ ਨੂੰ ਨਮਸਤਕਤਾ ਹੁੰਨੇ ਆ ਪਰ ਸ਼ਾਇਦ ਉਹ ਸਮਝ ਨਹੀਂ ਸਕਦੇ ਕਿਉਂਕਿ ਗੁਰੂ ਨੇ ਤੇ ਗਿਆਨ ਸਾਨੂੰ ਦਿੱਤਾ ਸੀ ਕਿ ਗਿਆਨ ਨਾਲ ਅਸੀਂ ਜੁੜਨਾ ਸੀ ਮੈਂ ਥੋੜਾ ਜਿਹਾ ਉਹ ਤੇ ਮਨ ਲੱਗ ਸਾਨੂੰ ਦੱਸੋ ਕਿ ਤੁਸੀਂ ਕੀ ਮਹਿਸੂਸ ਕਰਦੇ ਹੋ ਥਿਓਰਟੀਕਲ ਮੈਂ ਵਿਚ ਰੋਕ ਰਿਹਾ ਹਾਂ ਔਰ ਮੈਥੋਡਿਕਲ ਦੇ ਦਾ ਜਵਾਬ ਦੇਣ ਲਗਾ ਸਾਰੇ ਤਾਂ ਨਹੀਂ ਕਿਉਂਕਿ ਸਾਰਨੋ ਸੀ ਨਹੀਂ ਕਹਿ ਸਕਦੇ ਪਰ ਬਹੁਤੇ ਲੋਕ ਐਸੇ ਨੇ ਗੁਰੂ ਬਾਣੀ ਨੂੰ ਗੁਰੂ ਮੰਨਦੇ ਨੇ ਪਰ ਗੁਰਬਾਣੀ ਨੂੰ ਗੁਰੂ ਦਾ ਮੰਨਦੇ ਨੇ ਪਰ ਗੁਰੂ ਦੀ ਨਹੀਂ ਮੰਨਦੇ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਚ ਪੁੱਛੋ ਕਈ ਵਾਰੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਵਾਦ ਨਿਕਲਦਾ ਔਰ ਦੋਵੇਂ ਹੱਥ ਜੋੜ ਕੇ ਸੀਸ ਝੁਕ ਜਾਂਦਾ ਹੈ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਤੁਸੀਂ ਇੰਨਾ ਗਿਆਨ ਤੁਸੀਂ ਗਿਆਨ ਦੇ ਸਾਗਰ ਹੋ ਤੇ ਵੇਖੋ ਕਿੰਨਾ ਅਫਸੋਸ ਵੀ ਹੈ ਤੇ ਦੁੱਖ ਵੀ ਹੈ ਕਿ ਸਾਡੇ ਕੋਲ ਗਿਆਨ ਦਾ ਸਾਗਰ ਹੋਵੇ ਤੇ ਵੇੜ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਡਾ ਹਾਲ ਕੀ ਹੈ ਅਸੀਂ ਕਿਸ ਪਾਸੇ ਜਾਂਦੇ ਹਾਂ ਪਰ ਮੈਂ ਫਿਰ ਬੇਨਤੀ ਕਰਾਂ ਕਿ ਕੋਈ ਮੇਰੇ ਸਤਿਗੁਰੂ ਨੇ ਬਾਣੀ ਦੇ ਵਿੱਚ ਬਾਰ ਬਾਰ ਇਹ ਗੱਲ ਆਖੀ ਹੈ ਇਥੋਂ ਤੱਕ ਕਹਿਣ ਲੱਗੇ ਵੀ ਜੋ ਹੋ ਗਿਆ ਉਹ ਤਾਂ ਵਾਪਸ ਹੋ ਨਹੀਂ ਸਕਦਾ ਕਿਉਂਕਿ ਪਛਤਾਵਾ ਕਰਨ ਦੇ ਨਾਲ ਕਦੇ ਕੋਈ ਨਹੀਂ ਮਿਲਦਾ ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਆਪਣੀ ਜ਼ਿੰਦਗੀ ਦੇ ਵੀ ਸੁਚੇਤ ਰਹੋ ਕਿਉਂਕਿ ਵੇਖੋ ਗੱਲ ਕੀ ਚੱਲ ਰਹੀ ਹੈ ਕਿ ਵੀ ਅਸੀਂ ਸਾਡੇ ਉੱਤੇ ਕੋਈ ਕਿਸੇ ਦੁਨੀਆ ਵੀ ਤਾਕਤ ਦੀ ਕੋਈ ਹਿੰਮਤ ਨਹੀਂ ਸਾਡੇ ਉੱਤੇ ਹਮਲਾ ਕਰ ਸਕਿਆ ਸਾਡੇ ਉੱਤੇ ਵਾਰ ਕਰ ਸਕਿਆ ਸਾਨੂੰ ਕੋਰਾਏ ਪਾ ਸਕਿਆ ਕੋਈ ਨਹੀਂ ਕਰ ਸਕਦਾ ਜੇਕਰ ਅਸੀਂ ਬਾਣੀ ਦੇ ਨਾਲ ਜੁੜੀਏ ਅਸੀਂ ਨਾ ਪਤਾ ਕੀ ਹੁੰਦਾ ਅਸੀਂ ਦੂਜੇ ਨੂੰ ਦੋਸ਼ ਦਿੰਨੇ ਇਹ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਨਹੀਂ ਇਨਸਾਨ ਕਮਜ਼ੋਰੀਆਂ ਤੇਰੀਆਂ ਹਨ ਪਰ ਜੇ ਜਦੋਂ ਤੱਕ ਬੰਦਾ ਆਪਣੀ ਕਮਜ਼ੋਰੀ ਮਹਿਸੂਸ ਹੀ ਨਾ ਕਰੇ ਉਹਨੂੰ ਫੀਲਿੰਗ ਹੀ ਨਾ ਹੋਵੇ ਕਿ ਮੈਂ ਕਮਜ਼ੋਰ ਹਾਂ ਜਾਂ ਮੈਂ ਇੱਥੇ ਗਾਉਂ ਥਾਂ ਜਾਂ ਮੈਂ ਇੱਥੋਂ ਗੋਗਾ ਤੇ ਉਹ ਬੰਦਾ ਸੁਧਾਰ ਨਹੀਂ ਕਰ ਸਕਦਾ ਇਸੇ ਕਰਕੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਅਜੂ ਸਮਝ ਹੁਣ ਦੇਖ ਕਿੰਨਾ ਸਾਨੂੰ ਮੌਕੇ ਦਿੱਤਾ ਕਹਿੰਦਾ ਕੋਈ ਗੱਲ ਨਹੀਂ ਜਵਾਨੀ ਚਲੀ ਗਈ ਨਾ ਤੇ ਬਾਲਪਨ چلا ਗਿਆ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਮੈਂ ਹੱਥ ਜੋੜ ਕੇ ਬੇਨਤੀ ਕਰਾਂ ਬਿਰਦੀ ਨਿਰਾਸ਼ ਨਹੀਂ ਕਰਦੀ ਆਸਵਾਦੀ ਜੀਵਨ ਜੀਉਣ ਦਾ ਸਾਨੂੰ ਹੌਕਾ ਦਿੰਦੀ ਤੇ ਗੱਲ ਕੀ ਚੱਲ ਰਹੀ ਸੀ ਕਹਿਣ ਲੱਗੇ हे ਇਨਸਾਨ हे ਮਨੁੱਖ ਤੈਨੂੰ ਕੋਈ ਵੀ ਆਪਣੇ ਮਗਰ ਨਹੀਂ ਲਾਏਗਾ ਕੇਵਲ ਤੂੰ ਬਾਣੀ ਦੇ ਨਾਲ ਜੁੜ ਜਾ ਔਰ ਮੈਂ ਬੇਨਤੀ ਕਰਾਂ ਸਿਮਰਨ ਬਾਣੀ ਦਾ ਕੀਰਤਨ ਪਾਠ ਸਾਰੇ ਚੰਗੇ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਰ ਬਾਰ ਇਸ ਗੱਲ ਦਾ ਜ਼ਿਕਰ ਕਿਉਂ ਕੀਤਾ ਹੈ ਕਿ ਬਾਣੀ ਨੂੰ ਸਮਝੋ ਬਾਣੀ ਨੂੰ ਵਿਚਾਰੋ ਕਿਉਂਕਿ ਵੇਖੋ ਸਮਾਂ ਬਦਲਦਾ ਹੈ ਤੇ ਸਮੇਂ ਦੇ ਨਾਲ-ਨਾਲ ਕੀ ਹੁੰਦਾ ਕਈ ਗੱਲਾਂ ਸਮਝ ਨਹੀਂ ਆਉਂਦੀਆਂ ਹੁਣ ਮੈਂ ਅੱਜ ਵੀ ਬੇਨਤੀ ਕਰਾਂ ਕਈ ਗੱਲਾਂ ਸਾਡੇ ਪੰਜਾਬੀ ਬਿਰਸੇ ਦੇ ਕਈ ਅੱਖਰ ਐਸੇ ਹੈਗੇ ਸਾਡੇ ਨੌਜਵਾਨ ਨੂੰ ਨਹੀਂ ਪਤਾ ਇਸੇ ਕਰਕੇ ਇਹ ਬਾਣੀ ਜਦੋਂ ਪੁਰਾਤਨ ਸਮੇਂ ਦੇ ਵਿੱਚ ਉਚਾਰਨ ਕੀਤੀ ਗਈ ਉਹ ਜਿਹੜੇ ਲੋਕ ਸੀ ਉਹ ਤਾਂ ਉਸੇ ਵੇਲੇ ਸਮਝ ਜਾਂਦੇ ਸੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਸੱਜਣ ਵੀ ਕੋਲ ਆਏ ਬਈ ਅਸੀਂ ਨਾ ਸੱਜਣ ਵੀ ਲੋਕਾਂ ਨੂੰ ਲੁੱਟ ਰਿਹਾ ਸੀ ਨਾ ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੋ ਹੀ ਰਾਗ ਦੇ ਵੀ ਬਖਸ਼ਿਸ਼ ਕੀਤੀ ਸੋ ਹੀ ਮਹਿਲਲਾ ਪਹਿਲਾ ਓਜਲ ਕਹਿ ਹਾਂ ਕਹਿ ਹਾਂ ਸਮਝਦੇ ਨਾ ਕਹਿ ਹਾਂ ਹੁੰਦਾ ਕਾਂਸੀ ਦਾ ਬਾਂਡਾ ਕਹਿਣ ਲੱਗੇ ਬਈ ਇਹ ਬਾਹਰੋਂ ਬੜਾ ਲਿਸ਼ਕਦਾ ਹੈ ਬਾੜੋ ਬੜਾ ਚਮਕਦਾ ਹੈ ਤੇ ਸਾਡਾ ਵੀ ਸੱਚ ਪੁੱਛੋ ਸਾਰੇ ਤਾਂ ਨਹੀਂ ਪਰ ਧਰਮ ਦੇ ਨਾਮ ਤੇ ਜਿਹੜੇ ਆਪਣੇ ਆਪ ਨੂੰ ਆਗੂ ਕਹਿੰਦੇ ਨੇ ਨਾ ਉਹਨਾਂ ਦਾ ਹਾਲ ਕਹਿ ਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਣ ਇਸੇ ਕਰਕੇ ਮੇਰੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਕਿਸੇ ਦੀਆਂ ਕਮਜ਼ੋਰੀਆਂ ਵੱਲੋਂ ਵੇਖੋ ਕਿਉਂਕਿ ਵੇਖੋ ਸਾ ਉਹ ਇੰਨਾ ਟਾਈਮ ਨਹੀਂ ਕਿ ਅਸੀਂ ਕਿਸੇ ਦੀਆਂ ਕਮਜ਼ੋਰੀਆਂ ਵਲ ਵੇਖਦੇ ਰਹੀਏ ਕਿਸੇ ਦਾ ਹੋਗਣਾ ਵਲ ਨਹੀਂ ਅਸੀਂ ਆਪਣੇ ਜੀਵਨ ਦੇ ਵਿੱਚ ਆਤੀ ਮਾਰੀ ਅਸੀਂ ਕੀ ਕਰਨਾ ਹੈ ਅਸੀਂ ਕੀ ਕਰਨ ਆਏ ਹਾਂ ਕਦੋਂ ਤੱਕ ਆਏ ਹਾਂ ਕਿੱਥੋਂ ਆਏ ਹਾਂ ਕਿਵੇਂ ਆਏ ਹਾਂ ਕਦੋਂ ਇੱਥੋਂ ਚਲੇ ਜਾਣਾ ਸਾਨੂੰ ਸਾਰੀਆਂ ਗੱਲਾਂ ਬਾਣੀ ਸਮਝਾਉਂਦੀ ਹੈ ਬਿਲਕੁਲ ਭਾਈ ਸਾਹਿਬ ਸਹੀ ਫਰਮਾਇਆ ਤੁਸੀਂ ਪਰ ਉਸ ਦੇ ਨਾਲ ਨਾਲ ਕਿਉਂਕਿ ਜਿਸ ਤਰ੍ਹਾਂ ਇਹ ਚੜਦੀ ਕਲਾ ਦਾ ਅਸੀਂ ਹਮੇਸ਼ਾ ਹੀ ਪ੍ਰਤੀਕ ਰਹੇ ਆਂ ਆਸਾਵਾਦੀ ਬਾਣੀ ਸਾਡੀ ਪਰ ਅੱਜ ਕੀ ਕਾਰਨ ਹੋ ਗਏ ਜਿਸ ਤਰ੍ਹਾਂ ਤੁਸੀਂ ਇੱਕ ਗੱਲ ਕੀਤੀ ਕਿ ਸਾਡੇ ਆਗੂ ਜਿਹੜੇ ਧਾਰਮਿਕ ਆਗੂ ਵੀ ਇਹ ਆ ਉਹ ਵੀ ਸਾਨੂੰ ਕੁਰਾਹੇ ਪਾ ਰਹੇ ਨੇ ਅਸੀਂ ਗਲਤ ਪਾਸੇ ਤੁਰ ਪਏ ਹਾਂ ਸੋ ਕੀ ਕਰਨ ਦੀ ਲੋੜ ਹੈ ਕਿਵੇਂ ਅਸੀਂ ਦੁਬਾਰਾ ਤੋਂ ਉਸ ਗੁਰੂ ਦੀ ਸੋਚ ਨਾਲ ਜੁੜ ਕੇ ਆਪਣੇ ਆਪ ਤੋਂ ਸ਼ੁਰੂਆਤ ਕਰੀਏ ਇਸ ਬਾਰੇ ਅਸੀਂ ਚਰਚਾ ਕਰਨੇ ਛੋੜ ਜੀ ਬ੍ਰੇਕ ਤੁਮ ਜੀ welcome to hair models ਮੈਂ ਸਾਰਿਆਂ ਨੂੰ ਸੱਦਾ ਦਿੰਦਾ ਵੀ ਤੁਸੀਂ ਇੱਕ ਵਾਰੀ ਆਣ ਕੇ ਸਾਡਾ ਨਵਾਂ ਸ਼ੋਰੂਮ ਦੇਖੋ ਸਾਡੇ ਸ਼ੋਰੂਮ ਅਰਗਾ ਸ਼ੋਰੂਮ ਇੱਥੇ ਇੰਡਸਟਰੀ ਕੋ ਕਿਸੇ ਕੋ ਹੈ ਨਹੀਂਗਾ ਇਹ ਇੰਨਾ ਵਧੀਆ ਸ਼ੋਰੂਮ ਆ ਕਿ ਦੇਖਣ ਆਲਾ ਆ ਤੁਸੀਂ ਆਣ ਕੇ ਸਾਡੇ ਦਾ ਜੇ ਕੋਈ ਫਾਈਨਾਂਸ ਦੀ ਸਲਾਹ ਲੈਣੀ ਆ ਜਾਂ ਫਾਈਨਾਂਸ ਕਰਨਾ ਇੱਕ ਵਾਰੀ ਸਾਡੇ ਕੋਲ ਜਰੂਰ ਆਓ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਤੁਹਾਡੀ ਪੇਮੈਂਟ ਘੱਟ ਬਣਾ ਕੇ ਵਧੀਆ ਰੇਟ ਲੈ ਕੇ 1 ਘੰਟੇ ਵਿੱਚ ਪ੍ਰੂਫ ਕਰਕੇ ਗੱਡੀ ਦੇ ਕੇ ਤੁਹਾਨੂੰ ਅਸੀਂ ਘਰ ਭੇਜਾਂਗੇ ਭਾਈ ਜੈਵੀਰ ਸਿੰਘ ਜੀ ਸਾਡੇ ਨਾਲ ਸਾਂਝ ਪਾ ਰਹੇ ਨੇ ਬਹੁਤ ਹੀ ਮਹੱਤਵਪੂਰਨ ਵਿਸ਼ੇ 'ਤੇ ਕਿ ਕਿਸ ਤਰੀਕੇ ਨਾਲ ਅਸੀਂ ਮੁੜ ਤੋਂ ਸੁਰਜੀਤ ਹੋਣਾ ਹੈ ਕਿਸ ਤਰੀਕੇ ਨਾਲ ਅਸੀਂ ਗੁਰੂ ਦੀ ਸੋਚ ਨੂੰ ਆਪਣੇ ਜੀਵਨ ਵਿੱਚ ਪਹਿਲਾਂ ਲਾਗੂ ਕਰਨਾ ਹੈ ਕਿਉਂਕਿ ਆਮ ਤੌਰ ਤੇ ਇਹ ਹੀ ਹੁੰਦਾ ਕਿ ਅਸੀਂ ਕਹਿੰਦੇ ਜੀ ਸਾਡੇ ਗੁਰਦੁਆਰਿਆਂ 'ਚ ਇਹ ਨਹੀਂ ਹੋ ਰਿਹਾ ਸਾਡੇ ਸਮਾਜ 'ਚ ਇਹ ਨਹੀਂ ਹੋ ਰਿਹਾ ਪਰ ਅਸੀਂ ਇਹ ਭੁੱਲ ਜਾਂਦੇ ਕਿ ਅਸੀਂ ਵੀ ਉਸ ਦਾ ਇੱਕ ਹਿੱਸਾ ਹਾਂ ਕਿਵੇਂ ਅਸੀਂ ਆਪਣਾ ਯੋਗਦਾਨ ਪਾਣਾ ਹੈ ਕਿਵੇਂ ਗੁਰਬਾਣੀ ਨੂੰ ਸਮਝਣਾ ਹੈ ਜਿਸ ਬਾਰੇ ਅਸੀਂ ਹਮੇਸ਼ਾ ਹੀ ਇਸ ਪ੍ਰੋਗਰਾਮ ਵਿੱਚ ਫੋਕਸ ਕਰਕੇ ਗੱਲਬਾਤ ਕਰਦੇ ਹਾਂ ਕਿ ਸ਼ੁਰੂਆਤ ਆਪਣੇ ਆਪ ਤੋਂ ਕੀਤੀ ਜਾਵੇ ਇਸੀ ਕਰਕੇ ਵੱਖਰੇ ਵੱਖਰੇ ਬੁਲਾਰੇ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਸੋਚ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ। ਹਮਣ ਤੋਂ ਜਾਣ ਕੇ ਲੈਣਿਆ ਭਾਈ ਜੈ ਵੀਰ ਸਿੰਘ ਜੀ ਤੋਂ। ਸੀ ਭਾਈ ਸਾਹਿਬ ਸੋ ਬ੍ਰੇਕ ਤੋਂ ਪਹਿਲਾਂ ਗੱਲ ਚੱਲ ਰਹੀ ਸੀ ਕਿ ਅਸੀਂ ਅੱਜ ਕਿੰਤੂ ਪਰੰਤੂ ਜ਼ਿਆਦਾ ਕਰਨਾ ਸ਼ੁਰੂ ਕਰਤਾ। ਤੁਸੀਂ ਬੇ ਹੁਣੀ ਕੱਲ ਕੀਤੀ ਹੈ ਨਾ ਮੈਨੂੰ ਬਹੁਤ ਹੀ ਅੱਛਾ ਲੱਗਿਆ। ਅਸੀਂ ਨਾ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ। ਵੀ ਇਹ ਮਹਾਰਾਜ ਕਰਦਾ ਇਹ ਨਹੀਂ ਨਹੀਂ ਮਹਾਰਾਜ ਨੇ ਬਖਸ਼ਿਸ਼ ਕੀਤੀ ਦੁਨੀਆ ਕੀ ਕਰਦੀ ਹੈ ਸਾਨੂੰ ਨਹੀਂ ਪਤਾ। ਅਸੀਂ ਕੀ ਕਰਦੇ ਪਏ ਆ ਸਾਨੂੰ ਜ਼ਰੂਰ ਸੋਚਣਾ ਪਏਗਾ। ਉਹ ਇਸੇ ਕਰਕੇ ਤਾਂ ਬੜਾ ਸਰਬਸਦਾਨੀ ਅਮਰਤ ਦੇ ਦਾਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੜਾ ਮਾਣ ਕਰਕੇ ਕਲਾਕੀ ਹੈ ਨਾ ਕਿ ਵੀ ਜਬ ਲਾ ਖਾਲਸਾ ਰਹੇ ਨਿਆਰਾ ਨਿਆਰਾ ਦਾ ਮਤਲਬ ਇਹ ਨਹੀਂ ਕਿ ਉਹ ਸਭ ਤੋਂ ਵੱਖਰੇ ਤੋਂ ਨਾ ਨਿਆਰਾ ਦਾ ਮਤਲਬ ਨਿਆਰਾਪਣ ਬੜਾ ਹੈ ਕਿਉਂਕਿ ਮੈਂ ਫਿਰ ਬੇਨਤੀ ਕਰਾਂ 239 ਸਾਲ ਦਾ ਤਕਰੀਬਨ ਸਮਾਂ ਜਿਹੜਾ ਬਣਿਆ ਨਾ ਗੁਰੂ ਘਰ ਦਾ ਇਹਦੇ ਵਿੱਚ ਸਤਿਗੁਰਾਂ ਨੇ ਬੜੀ ਕਮਾਈ ਕੀਤੀ ਹੈ ਜਿਹੜੀ ਵਿਚਾਰ ਗੁਰੂ ਨਾਨਕ ਸਾਹਿਬ ਦੀਏ ਉਹੀ ਵਿਚਾਰ ਗੁਰੂ ਗੋਬਿੰਦ ਸਿੰਘ ਜੀ ਮਾਰ ਦੀਏ ਤੇ ਭਾਈ ਗੁਰਦਾਸ ਨੇ ਕੀ ਕਿਹਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲਪਨ ਚਲਾਇਆ ਉਹ ਨਿਰਮਲਪਨ ਤਾਂ ਕਿਹਣਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਦੀ ਪੂਰੀ ਤਰ੍ਹਾਂ ਪੁਸ਼ਟੀ ਕੀਤੀ ਉਹ ਨਿਰਮਲਪਨ ਤੇ ਹੀ ਹੈ ਕਿ ਸਾਚ ਕਹੋ ਸੁਨ ਲੇਹੋ ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਹੁਣ ਪ੍ਰੇਮ ਜਿਹੜਾ ਹੈ ਨਾ ਪ੍ਰੇਮ ਦੇ ਵਿੱਚ ਕੋਈ ਨਾਮ ਨਹੀਂ ਹੁੰਦਾ ਤੇ ਜਦੋਂ ਬੰਦਾ ਪ੍ਰੇਮ ਕਰੇਗਾ ਨਾ ਆਪਣੇ ਗੁਰੂ ਦੇ ਨਾਲ ਜਾਂ ਆਪਣੀ ਆਪਣੇ ਵਿਰਸੇ ਦੇ ਨਾਲ ਤੇ ਸਾਡਾ ਤਾਂ ਵਿਰਸਾ ਹੀ ਨਾਮਹੀਰ ਹੈ ਜਦੋਂ ਅਸੀਂ ਕਿਸੇ ਜਿੱਥੋਂ ਮਰਜ਼ੀ ਸ਼ੁਰੂਆਤ ਕਰ ਲਈਏ ਨਾ ਜਿਸ ਤਰ੍ਹਾਂ ਗੁਰਦੀ ਟਲੀ ਨਹੀਂ ਹੁੰਦੀ ਜਿੱਥੋਂ ਮਰਜ਼ੀ ਉਹਨੂੰ ਤੁਸੀਂ ਚੱਖੋਗੇ ਉੱਥੋਂ ਹੀ ਮਿੱਠਾ ਅੰਦਾਜ਼ ਆਏਗਾ ਇਸੇ ਕਰਕੇ ਮੇਰੇ ਸਤਗੁਰੂ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ हे ਮਨੁਖ ਦੇਰ ਨਾ ਕਰ ਸਮਾ ਕਰਦ ਕੇ ਗੁਰੂ ਚਰਨਾਂ ਦੇ ਵਿਚਾਰ ਦੋ ਮੇ ਹੱਥ ਜੋੜ ਕੇ ਬੇਨਤੀ ਕਰ ਕਿਉਂਕਿ ਮੈਂ ਫਿਰ ਬੇਨਤੀ ਕਰਾਂ ਬੰਦੇ ਦੀ ਮਸੀਮਤ ਹੁੰਦੀ ਵੀਰ ਜੀ ਠੀਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਤ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗਿਆਨ ਦੁਨੀਆ ਦੀ ਕੋਈ ਤਾਕਤ ਹੈਸੀ ਨਹੀਂ ਜਿਹੜੀ ਕਿੰਤੂ ਕਰ ਸਕੇ ਇਸ ਕਰਕੇ ਅਸੀਂ ਬਹੁਤੀਆਂ ਆਪਣੀਆਂ ਗੱਲਾਂ ਨਾ ਕਰਕੇ ਆਪਣੀ ਮਤ ਨੂੰ ਪਿੱਛੇ ਰੱਖਣਾ ਹੈ ਔਰ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਕਿ ਤੂੰ ਸਮਰਥ ਵੱਡਾ ਮੇਰੀ ਮਤ ਥੋੜੀ ਦਾ ਤੇ ਜਦੋਂ ਬੰਦਾ ਐਸਾ ਨਿਮਾਣਾ ਹੋ ਕੇ ਹਲੇਮੀ ਰਾਜ ਦਾ ਪਾਂਦੀ ਬਣਦਾ ਨਾ ਉਹਦੇ ਉੱਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਫਿਰ ਗੁਰੂ ਆਹ ਬੁਲਾਉਂਦਾ ਹੈ ਗੁਰੂ ਆਹ ਬਖਸ਼ਿਸ਼ ਕਰ ਦਿੰਦਾ ਹੈ ਤੇ ਗੁਰੂ ਦੇ ਵਿੱਚ ਕਿੰਨੀ ਸਮਰਤਾ ਹੈ ਜਿਨ ਮਾਨਸ ਤੇ ਦੇਵਤੇ ਕੀ ਇਹ ਕੜਤ ਨਾ ਲਾਗੀ ਵਾਰ ਗੁਰੂ ਦੇ ਵੀ ਇਹ ਸਮਰਤਾ ਹੈ ਪਰ ਅਸੀਂ ਗੁਰੂ ਦੀ ਗੱਲ ਮੰਨੀ ਹੈ ਨਾ ਗੁਰੂ ਦੇ ਦੱਸੇ ਹੋਏ ਪੂਰਨਾਂ ਤੇ ਚਲੀਏ ਤੇ ਮਹਾਰਾਜ ਨੇ ਕਹਿਣ ਲੱਗੇ ਬਖਸ਼ਿਸ਼ ਕੀਤੀ ਕਹਿਣ ਲੱਗੇ ਬੰਦੇ ਬਸ ਜੇ ਤੂੰ ਮੇਰਾ ਹੋਏ ਰਹੀਂ ਤਾਂ ਸਭ जग ਤੇਰਾ ਹੋਏ ਉਹਨੇ ਤੇ ਗੱਲ ਕੀ ਚੱਲ ਗਈ ਹੈ ਕਿ ਜੇਕਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੋទੀਆਂ ਨਹੀਂ ਹੂੰ ਜੇਕਰ ਕੁਝ ਵੀ ਗੱਲਾਂ ਅਸੀਂ ਫੋਲੋ ਕਰ ਲਈਏ ਨਾ ਆਪਣੇ ਜੀਵਨ ਦੇ ਅਪਣਾ ਲਈਏ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਤੇ ਸਾਰੀ ਦੁਨੀਆ ਨੂੰ ਬੇਨਤੀ ਕਰ ਸਕਦਾ ਹਾਂ ਕਿ ਅਸੀਂ ਬਣੇ ਵੱਡੇ ਅਮੀਰ ਬਿਰਸੇ ਦੇ ਮਾਲਕ ਬਣ ਸਕਦੇ ਹਾਂ ਸਾਡੇ ਵੱਲ ਦੁਨੀਆ ਵੇਖਦੀ ਸੀ ਹੂੰ ਇੱਕ ਸਮਾਂ ਉਹ ਸੀ ਕਿ ਸਿੱਖ ਇਨਸਾਫ ਦਿੰਦੇ ਸੀ ਜੀ ਅੱਜ ਸਮਾਂ ਹੈ ਕਿ ਸਿੱਖ ਇਨਸਾਫ ਮੰਗ ਰਿਹਾ ਕਾਰਨ ਕੀ ਹੈ ਇਹਦੇ ਵੀ ਸਾਨੂੰ ਸੋਚਣਾ ਪਏਗਾ ਜਿਹੜੇ ਪੰਥ ਦਰਦੀ ਨੇ ਇਹ ਨੇ ਕਿ ਅੱਜ ਨਹੀਂ ਹੈਗੇ ਅੱਜ ਵੀ ਹੈਗੇ ਉਹਨਾਂ ਨੂੰ ਬੜਾ ਦਰਦ ਹੈ ਉਹਨਾਂ ਨੂੰ ਬੜੀ ਪੀੜਾ ਹੈ ਤੇ ਉਹ ਵਾਰ-ਵਾਰ ਇਸ ਗੱਲ ਨੂੰ ਸਮਝੰਦੇ ਨਹੀਂ ਜਿਸ ਤਰ੍ਹਾਂ ਵਿਦਵਾਨਾਂ ਨੇ ਗੱਲ ਆਖੀ ਕਿ ਇਹ ਕੌਮ ਦੇ ਮਲਾਹ ਸਮਝਦੇ ਹੋ ਗੱਲ ਚੱਲੇ ਅਸੀਂ ਅਸੀਂ ਜਿਹੜੀਆਂ ਆਮ ਸਮਾਜ ਦੀਆਂ ਗੱਲਾਂ ਨੇ ਨਾ ਉਨਾ ਬਲਬੀਚਾ ਜ਼ਰੂਰ ਧਿਆਨ ਦੇਈਏ ਠੀਕ ਹੈ ਪਾਠ ਪੂਜਾ ਕਰਨੀ ਹੈ ਦਾਨਪੂਰਨ ਕਰਨਾ ਹੈ ਪਰ ਸਾਰੇ ਕੰਮ ਕਰਨੇ ਨੇ ਪਰ ਅੱਜ ਅਸੀਂ ਵਿਸਾ ਲੈ ਕੇ ਚੱਲ ਰਹੇ ਹਾਂ ਕਿ ਸਾਡਾ ਮੌਜੂਦਾ ਸਮੇਂ ਦੇ ਵਿੱਚ ਸਾਡੇ ਨੌਜਵਾਨ ਨੇ ਸਾਡੇ ਬੱਚੇ ਨੇ ਅਸੀਂ ਉਹਨਾਂ ਨੂੰ ਕਿਵੇਂ ਆਪਣੀ ਬਾਣੀ ਨਾਲ ਆਪਣੇ ਵਿਰਸੇ ਨਾਲ ਜੋੜ ਸਕਦੇ ਹਾਂ ਤੇ ਤਾਂ ਹੀ ਉਹ ਵਿਦਵਾਨ ਕਹਿਣ ਲੱਗਾ ਕਹਿਣ ਲੱਗੇ ਮੇਰੀ ਜ਼ਬਾਨ ਤੁਤਲੋਂਦੀ ਮੇਰੀ ਕਲਮ ਵੀ ਰੁਕ ਜਾਂਦੀ ਏ ਕਹਿਣ ਲੱਗੇ ਸਿੰਘੋ ਤੁਸੀਂ ਇੰਨੇ ਅਮੀਰ ਵਿਰਸੇ ਦੇ ਮਾਲਕ ਹੋ ਕਿ ਜਦੋਂ ਮੈਂ ਤੁਹਾਡੇ ਇਤਿਹਾਸ ਵੱਲ ਵੇਖਦਾ ਨਾ ਤੇ ਮੈਨੂੰ ਉਹ ਗੱਲ ਯਾਦ ਆ ਜਾਂਦੀ ਏ ਤੇਰਾ ਸਿੰਘ ਸੁਮੇਰ ਦਾ ਰੂਪ ਬਣ ਕੇ ਸਮਝਦੇ ਹੋ ਸੁਮੇਰ ਪਰਮਾ ਜਿਹੜਾ ਹੈ ਉਹ ਜੋ ਇਤਿਹਾਸ ਕਹਿੰਦਾ ਹੈ ਉਹ ਸਭ ਤੋਂ ਉੱਚਾ ਹੈ ਉਹ ਵਿਦਵਾਨ ਕਹਿਣ ਲੱਗਾ ਕਹਿਣ ਲਗੇ ਹੇ ਬਚਿਓ ਹੇ ਗੁਰੂ ਕੇ ਸਿੱਖੋ ਮੇਰੇ ਮੈਂ ਤੁਹਾਡੇ ਬੱਚਤੋਂ ਵੇਖਦਾ ਤੇ ਮੈਨੂੰ ਕਈ ਵਾਰੀ ਤਰਸ ਆਉਂਦਾ ਹੈ ਔਰ ਕਈ ਵਾਰੀ ਮੈਨੂੰ ਆਪਣੇ ਉੱਤੇ ਇਸ ਗੱਲ ਦਾ ਫਕਰ ਵੀ ਹੁੰਦਾ ਕਿ ਮੈਂ ਸਿੱਖਾਂ ਦੀ ਗੱਲ ਕਰ ਬੈਠਾ ਜੀ ਤੋ ਕੀ ਕਹਿ ਰਿਹਾ ਹੈ ਤੇਰਾ ਸਿੰਘ ਸੁਮੇਰ ਦਾ ਰੂਪ ਬਣ ਕੇ ਜਿੱਥੇ ਖੜਾ ਹੋਇਆ ਉਤੋਂ ਹਿੱਲਿਆ ਨਾ ਟਲ ਗਈ ਜਮਾਨੇ ਦੀ ਕਾਰ ਸਾਰੀ ਤਰਾ ਤੀਰ ਨਿਸ਼ਾਨਿਆਂ ਟਲਿਆ ਨਾ ਤੇਰੀ ਚਿੜੀ ਨੇ ਆਵਾਜ਼ਾਂ ਨੂੰ ਵਕਤ ਪਾਇ ਸਮਝਿੰਦੇ ਤੇਰੀ ਚਿੜੀ ਨੇ ਆਵਾਜ਼ਾਂ ਨੂੰ ਵਕਤ ਪਾਇ ਉਹ ਚਿੜੀ ਕੀ ਹੈ ਤੇ ਬਾਜ ਕੀ ਹੈ ਤੁਸ ਸਾਰਾ ਸਮਝਿੰਦੇ ਤੇਰੀ ਚਿੜੀ ਨੇ ਆਵਾਜ਼ਾਂ ਨੂੰ ਵਕਤ ਪਾਇ ਮਸਤ ਹਾਥੀਆਂ ਦਾ ਚਾਰਾ ਚੱਲੇ ਆ ਨਾ ਸਮਝਦੇ ਹੋ ਭਾਈ ਬਚਿੱਤਰ ਸਿੰਘ ਵਰਗੇ ਬਿਲਕੁਲ ਹਾਥੀਆਂ ਕੀ ਸੀ ਉਹਨਾਂ ਦੇ ਕੋਲ ਕੀ ਪਾਵਰ ਸੀ ਵੀ ਵੇਖੋ ਸਾਇੰਸ ਅਸੀਂ ਅਸੀਂ ਕੇਵਲ ਦੁਨੀਆਵੀ ਗੱਲਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਅਰੇ ਜੇਕਰ ਸਾਡੇ ਕੋਲ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾ ਹੁੰਦੀ ਪੰਥ ਦੋਖੀਆਂ ਨੇ ਬੜਾ ਯਤਨ ਕੀਤਾ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਬੜੇ ਕੋਸ਼ਿਸ਼ ਕਰਦੇ ਵੀ ਰਹਿਣਗੇ ਪਰ ਸਾਡਾ ਵਾਲਵਿੰਗਾ ਕਿਉਂ ਨਹੀਂ ਹੋ ਰਿਹਾ ਕਿਉਂਕਿ ਸਾਡੇ ਕੋਲ ਜੀ ਬਾਣੀ ਹੈ ਸਾਡੇ ਕੋ ਬਿਰਸਾ ਹੈ ਤੇ ਬਚੀਤਰ ਸਿੰਘ ਦੇ ਕੋਲ ਕੀ ਪਾਵਰ ਸੀ ਜੀ ਬਚੀਤਰ ਸਿੰਘ ਦੇ ਕੋਲ ਕੀ ਬਿਰਸਾ ਸੀ ਉਹਨੂੰ ਪਤਾ ਸੀ ਕਿ ਜਾਂ ਤੂੰ ਮੇਰਾ ਵਲ ਹੈ ਤਾਂ ਕਿਆ ਮੋਛੰਦਾ ਸੋ ਗੱਲ ਕੀ ਚੱਲ ਰਹੀ ਹੈ ਅਸੀਂ ਬਹੁਤੀਆਂ ਦੁਨੀਆਂ ਵੀ ਤੋੜ ਤੋਂ ਗੱਲਾਂ ਨਾ ਕਰਕੇ ਅਸੀਂ ਬਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਣਾ ਨਾਲ ਬੇਨਤੀ ਕਰਨੀ ਔਰ ਕੀ ਬੇਨਤੀ ਕਰਨੀ ਆਏ ਆਨੇਕ ਜਨਮ ਪ੍ਰਮੋ ਸਰਣੀ ਉਧਾਰ ਦੇਹ ਅੰਧ ਕੋਪ ਤੇ ਲਾਭੋ ਆਪਣੀ ਚਲਣੀ ਮੈਂ ਵੀ ਕਰਾਂ ਤੁਸੀਂ ਵੀ ਕਰੋ ਸਾਰੇ ਕਰੀਏ ਕਿ ਹੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੇਕਰ ਸਵੇਰੇ ਦਾ ਭੋਲੇ ਸਾਮੀ ਮੁਰਾ ਆਵੇ ਨਾ ਤੇ ਆਮ ਸਾਡਾ ਪੰਜਾਬੀ ਵਿਰਸਾ ਹੈ ਕਹਿੰਦੇ ਉਹਨੂੰ ਭੁੱਲਣਾ ਨਹੀਂ ਕਹਿਣ ਲੱਗੇ ਵੀ ਕੋਈ ਗੱਲ ਨਹੀਂ ਜੋ ਹੋ ਗਿਆ ਉਹਨੂੰ ਵਿਸਾਰ ਦਿਓ ਔਰ ਆਓ ਇਕੱਠੇ ਹੋ ਕੇ ਬਾਕੀ ਸਾਰੀਆਂ ਗੱਲਾਂ ਬਾਅਦ ਵਿੱਚ ਹੈਗੀਆਂ ਸਾਡਾ ਜੇਕਰ ਗੁਰੂ ਇੱਕ ਹੈ ਨਾ ਇੱਕ ਪਿਤਾ ਇੱਕ ਅਸਗੇ ਹਮਾਰੇ ਇੱਕ ਜੇਕਰ ਗੁਰੂ کہہ ਰਿਹਾ ਅਰੇ ਸਾਰੇ ਗਿੰਦੇ ਸ਼ਿਕਵੇ ਬੁਲਾਓ ਔਰ ਆਪਣੀ ਇਕਤਾ ਦੇ ਵਿੱਚ ਆਓ ਔਰ ਇਕਤਾ ਦੇ ਵਿੱਚ ਰਹਿ ਕੇ ਆਪਣੇ ਪਹਿਲਾ ਵਿਰਸੇ ਵਾਲ ਆਪਣੇ ਬੱਚਿਆਂ ਨੂੰ ਲਾਓ ਕਿਉਂਕਿ ਵੇਖੋ ਇਹਦਾ ਮਤਲਬ ਇਹ ਨਹੀਂ ਹੈ ਕਿ ਨਹੀਂ ਹੈਗੇ ਪਰ ਦੁਨੀਆ ਦੇ ਵਿੱਚ ਖਾਸ ਕਰਕੇ ਤੁਸੀਂ ਵੇਖੋ ਇੱਥੇ ਵੇਖਣ ਨੂੰ ਮਿਲਦਾ ਹੈ ਤੁਹਾਡੇ ਕੈਨੇਡਾ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਨਾ ਕਿੰਨੀ ਸਿੱਖੀ ਹੈ ਕਿੰਨੀ ਮਾਂ ਰਾਜ ਕਰੇਗਾ ਖਾਲਸਾ ਸੱਚ ਕੋਚੋ ਤੇ ਖਾਲਸਾ ਰਾਜ ਕਰਵਾਏ ਕਿਉਂਕਿ ਖਾਲਸੇ ਦਾ ਗੁਰੂ ਸਰਮ ਵਿਆਪੀ ਹੈ ਦੁਨੀਆ ਦੇ ਵਿੱਚ ਮੈਂ ਦਾਵਾ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹਰ ਵੇਲੇ ਪ੍ਰਕਾਸ਼ ਰਹਿੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੈਸੇ ਗੁਰੂ ਗ੍ਰੰਥ ਹਨ ਜਿਨ੍ਹਾਂ ਦੇ ਸਾਹਮਣੇ ਲੱਖਾਂ ਲੋਕ ਹਰ ਰੋਜ਼ ਲਾਈਨ ਲਾ ਕੇ ਮੱਥਾ ਟੇਕਦੇ ਹਨ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮੈਂ ਬਾਕੀ ਗੱਲਾਂ ਦਾ ਫਿਰ ਕਰਾਂਗੇ ਨਾ ਜਦੋਂ ਇਸ ਵਿਸ਼ੇ 'ਵਾਲ ਅਸੀਂ ਆਵਾਂਗੇ ਪਰ ਇਹ ਵਿੱਚ ਗੱਲ ਆ ਰਹੀ ਸੀ ਤੇ ਇਹ ਗੱਲ ਕਰਨੀ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੋਂ ਤੁਸਨ ਫਕਰ ਹੈ ਮਾਣ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੈਸੇ ਗ੍ਰੰਥ ਹਨ ਜ ਜਨਾ ਦਾ ਦਿਨੇ ਪ੍ਰਕਾਸ਼ ਹੁੰਦਾ ਹੈ ਤੇ ਰਾਤੀ ਸੁਖਾਸਨ ਹੁੰਦਾ ਔਰ ਇੱਕ ਬੜੇ ਕਮਾਲ ਦੀ ਗੱਲ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਆ ਕੇ ਨਾ ਬਿਰਾਜਮਾਨ ਹੁੰਦੇ ਹਨ ਤਖਤ ਦੇ ਉੱਤੇ ਤੇ ਪਤਾ ਕਿ ਕਿਸ ਅਵਸਥਾ ਵਿੱਚ ਹੁੰਦੇ ਨੇ ਜਿਸ ਤਰ੍ਹਾਂ ਇੱਕ ਮਾਂ ਬੜੀ ਮਮਤਾ ਦੇ ਵਿੱਚ ਭਰੀ ਹੋਵੇ ਤੇ ਆਪਣੇ ਬੱਚੇ ਨੂੰ ਦੁਲਾਰ ਕਰਦੀ ਪਿਆਰ ਕਰਦੀ ਤੇ ਗਲਬਕੜੀ ਵਿੱਚ ਲੈਣ ਵਾਸਤੇ ਬਾਵਾ ਖਿਲਾੜਦੀ ਤੇ ਮਹਾਰਪ੍ਰੀਤ ਸਿੰਘ ਜੀ ਬੇਨਤੀ ਕਰਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਜਾ ਮਾਰ ਦੇਣ ਕੀ ਕਹਿੰਦੇ ਨੇ ਆਇ ਮਿਲ ਗੁਰ ਸਿੱਖ ਆਇ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਤੇ ਉਹ ਅਵਸਥਾ ਕਿ ਜਿਹੜੀ ਹੁੰਦੀ ਹੈ ਤੁਸੀਂ ਕਦੇ ਵੇਖੋ ਤਾਬਿਆਂ ਤੇ ਜਦੋਂ ਮੇਰੇ ਸਤਿਗੁਰੂ ਜੀ ਮੰਜੀ ਸਾਹਿਬ ਤੇ ਹੁੰਦੇ ਨੇ ਨਾ ਐਸੀ ਅਵਸਥਾ ਵਿੱਚ ਹੁੰਦੇ ਨੇ ਇਹ ਇਹ ਅਵਸਥਾ ਹੈ ਤੇ ਇਸ ਨਾਲ ਸਮਝੋ ਜਿਸ ਤਰ੍ਹਾਂ ਵਾਜਾ ਮਾਰ ਰਹਾ ਹੁਣ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ ਤੇ ਇਹਦੇ ਵਿੱਚ ਖਿਆਲ ਰੱਖਣਾ ਸਿੱਖ ਦੇ ਵਿੱਚ ਬੱਚਾ ਹੋਵੇ ਨੌਜਵਾਨ ਹੋਵੇ ਵਜਰੂ ਕੋ ਬੀਬੀ ਹੋਵੇ ਇਹ ਗੱਲ ਨਹੀਂ ਕਿਉਂਕਿ ਸਾੜਨਾ ਵਿਰਸਾ ਇਹਨਾਂ ਗੱਲ ਕੀ ਚੱਲ ਰਹੀ ਸੀ ਕਹਿਣ ਲੱਗੇ ਕਿ ਵੀ ਇਹ ਸੰਸਾਰ ਦੇ ਵਿੱਚ ਰਹਿ ਕੇ ਜਦੋਂ ਮੈਂ ਥੋੜੇ ਵਿਲਸਿਵਲ ਵੇਖਦਾ ਤੇ ਉਹ ਵਿਦਵਾਨ ਕਹਿਣ ਲਗਾ ਐ ਕੌਮ ਦੇ ਮਲਾਹਾ ਕੌਮ ਦਾ ਮਲਾਹਾ ਕਿਹਦਾ ਹੁੰਦਾ ਨੌਜਵਾਨ ਕਿਉਂਕਿ ਵੇਖੋ ਬੜੀ ਸੋਖੀ ਗੱਲ ਹੈ ਬਾਣੀ ਕੀ ਕਹਿੰਦੀ ਹੈ ਵੀ ਬਾਲਪਣ ਦੇ ਵਿੱਚ ਪੂਰੀ ਸੋਝੀ ਨਹੀਂ ਹੁੰਦੀ ਮਜਰਗੀ ਦੇ ਵਿੱਚ ਬੰਦਾ ਕਈ ਵਾਰੀ ਕੁਝ ਕਰਨਾ ਵੀ ਚਾਵੇ ਨਾ ਕਈ ਵਾਰੀ ਆਪਣੇ ਮਜਬੂਰ ਮਹਿਸੂਸ ਕਰਦਾ ਹੈ ਇਹ ਸਮਝਦਾ ਜਵਾਨੀ ਦਾ ਹੈ ਨਾ ਬਾਣੀ ਦੇ ਵਿੱਚ ਵੀ ਜ਼ਿਕਰ ਹੈ ਕਿ 10 ਬਾਲ ਤਣ 20 रवण 30 सा का सुंदर कहावे 40 ईपुर होए 85 पंख से 60 टीके बुडे बा वाणी है केवल मैं अपनी गल नहीं कर रहा गुरु ग्रंथ साहिब जी महाराज दी गल करोगे ना दुनिया थानू सुनेगी दुनिया थवाड़ी उस विचार बल ध्यान दे, देगी ते मेरे महाराज की कह रहे ना 40 ईपुर होए मैं सच्ची गल दसा अहंकार वाली गल नहीं मैं जनकपुरी दे भी दिल्ली किला सा लाना जे ਡਾਕਟਰ ਲੋਗ ਨੇ ਜਿਹੜੇ ਕਿ ਕਈ ਡਾਇਰਮੈਂਟ ਹੋ ਗਏ ਨੇ ਅਸੀਂ ਪਾਰਕ ਦੇ ਵਿੱਚ ਬੈ ਕੇ ਲੰਮੇ ਆ ਵੇਖੋ ਪੜਚਾਰ ਮੇਰੇ ਗੁਰੂ ਨਾਨਕ ਸਾਹਿਬ ਨੇ ਜਿੱਤ ਮਰਜ਼ੀ ਕਰ ਲੋ ਅਸੀਂ ਪਾਰਕ ਦੇ ਵਿੱਚ ਵੀ ਕਲਾਸ ਲਾ ਸਕਦੇ ਆ ਅਸੀਂ ਗੁਰਦੁਆਰੇ ਵੀ ਪੜਚਾਰ ਕਰ ਸਕਦੇ ਆ ਅਸੀਂ ਕਿਸੇ ਦੇ ਘਰ ਵੀ ਕਰ ਸਕਦੇ ਆ ਤੇ ਅਸੀਂ 10 12 ਬੰਦੇ ਉੱਤੇ ਬੈ ਕੇ ਨਾ ਬਾਣੀ ਦੀ ਵਿਚਾਰ ਕਰਦੇ ਆ ਰੋਜ਼ ਤੇ ਉਹਨਾਂ ਦੇ ਨਾਲ ਬੈ ਕੇ ਥੋੜਾ ਜਿਹਾ ਜਿਹੜਾ ਸਾਇੰਸ ਦਾ ਜਾਂ ਮੈਡੀਕਲ ਲਾਈਨ ਦਾ ਸਾਨੂੰ ਥੋੜਾ ਪਤਾ ਲੱਗਿਆ ਉਹ ਕਹਿ ਰਹੇ ਸੀ ਕਿ ਚਾਲ 40 ਸਾਲ ਦਾ ਜਦੋਂ ਬੰਦਾ ਹੋ ਜਾਏ ਜੀਣ ਨੂੰ 100 ਸਾਲ ਜੀ ਜਾਓ ਪਰ 40 ਸਾਲ ਤੋਂ ਬਾਅਦ ਬੰਦੇ ਦੇ ਸਰੀਰ ਵਿੱਚ ਕਿਸੇ ਚੀਜ਼ ਦਾ ਵਾਅਦਾ ਨਹੀਂ ਹੁੰਦਾ ਹਰ ਚੀਜ਼ ਦੇ ਵਿੱਚ ਘਟਾ ਆਉਣਾ ਸੋਇਦਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲੇ ਕਹਿੰਦਾ 40 ਸੀਪੁਰ ਹੋਏ 40 ਸੀਪੁਰ ਹੋਣ ਦਾ ਮਤਲਬ ਕਿ ਇਹ ਹੈ ਕਿ हे ਬੰਦੇ ਤੇਰੀ ਜ਼ਿੰਦਗੀ 40 ਸਾਲ ਦੀ ਹੋ ਗਈ ਤੇਰਾ ਜੀਵਨ ਪੂਰਾ ਹੋ ਗਿਆ ਜਿਹਨੂੰ ਤੂੰ 100 ਸਾਲ ਜੀਜਾ ਜਿਹਨੂੰ ਤੂੰ 60 ਸਾਲ ਜੀਜਾ ਕੋਈ ਉਹ ਨਹੀਂ ਪਰ 40 ਸੀ ਪੁਰ ਹੋਏ ਉਸ ਤੋਂ ਬਾਅਦ 50 ਸੀ ਪੱਖ ਹੀ ਸੈ ਸਰ ਠੀਕ ਹੈ ਬੁਰਡੇ ਪਾਵ 70 ਕਾ ਮਧੀਣ ਅਸੀਂ ਆ ਕਾ ਬਿਉਹਾਰ ਨਾ ਪਵ 90 ਕਾ ਸਿਝਾਸਣੀ ਸਿਝਾਸ ਸਮਝਦੇ ਹੋ ਜਦੋਂ ਬੰਦਾ ਬਿਲਕੁਲ ਮੰਜੇ ਤੇ ਪੈ ਜਾਏ ਔਰ ਇਥੋਂ ਤੱਕ ਕਿ ਉਹ ਪਾਣੀ ਵੀ ਲੈ ਕੇ ਨਾ ਪੀ ਸਕੇ ਵੀਰ ਜੀ ਮੈਂ ਸੱਚੀ ਗੱਲ ਦੱਸਾਂ ਦਿਲੋਂ ਧੰਨਵਾਦ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਿਗੁਰੂ ਜੀ ਬਾਰ-ਬਾਰ ਸਮਝਾਉਂਦੇ ਨੇ ਬੰਦੇ ਜਾਗ ਜਾ ਅਜੇ ਵੀ ਅਜੇ ਵੀ ਡੁਲੇ ਬੇਰਾਂ ਦਾ ਕੁਝ ਨਹੀਂ ਬਗੜਾ ਜੀ ਬਿਲਕੁਲ ਜੀ ਸਾਨੂੰ ਹੋਕਾ ਹਰ ਵਾਰ ਮਿਲਦਾ ਹੈ ਕਿਸੀ ਸਮਝ ਆਈਏ ਲੇਕਿਨ ਇਸੇ ਸਮਝ ਨੂੰ ਕਿਉਂ ਨਹੀਂ ਤਿਆਰ ਹੋ ਰਹੇ ਇਸ ਬਾਰੇ ਅਸੀਂ ਆਉਣ ਵਾਲੇ ਪ੍ਰੋਗਰਾਮਜ਼ ਵਿੱਚ ਚਰਚਾ ਕਰਾਂਗੇ ਤੁਹਾਡਾ ਧੰਨਵਾਦ ਜਿਹੜੀ ਤੁਸੀਂ ਭੂਮਿਕਾ ਬਣਾਈ ਹੈਗੀ ਇਸੇ ਵਿਸ਼ੇ ਦੇ ਉੱਤੇ ਅਸੀਂ ਆਉਣ ਵਾਲੇ ਪ੍ਰੋਗਰਾਮਜ਼ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ ਧੰਨਵਾਦ ਇੱਥੇ ਆ ਕੇ ਸਾਂਝ ਪਾਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604 603 755 ਇਹ ਸਾਰੇ ਐਪੀਸੋਡਸ ਤੁਸੀਂ youtube.com/harpreet singh show ਤੇ ਵੀ ਜਾ ਕੇ ਦੁਬਾਰਾ ਦੇਖ ਸਕੋਗੇ ਤੁਹਾਡੇ ਕੋਲ ਕੋਈ ਸਵਾਲ ਹੋਵੇ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰਨਾ ਕਿਉਂਕਿ ਮਕਸਦ ਹੈ ਕਿ ਇਹਨਾਂ ਸਾਡੇ ਜਿਹੜੇ ਆਂਦੇ ਨੇ ਇੱਥੇ ਆਥਰਸ ਜਿਹੜੇ ਵੀ ਸਾਡੇ ਕੋਲ ਬੁੱਧੀਜੀਵੀ ਆਂਦੇ ਨੇ ਗ੍ਰੰਥੀ ਆਂਦੇ ਨੇ ਜਾਂ ਹੋਰ ਪ੍ਰਚਾਰਕ ਆਂਦੇ ਨੇ ਉਹਨਾਂ ਕੋਲੋਂ ਗੁਰਬਾਣੀ ਦੇ ਆਧਾਰ ਦੇ ਉੱਤੇ ਕੀ ਕੁਝ ਅਸੀਂ ਸਿੱਖ ਸਕਨੇ ਆ ਕਿਉਂਕਿ ਕਈ ਵਾਰ ਕਈ ਵਿਅਕਤੀ ਦੀ ਬੋਲਣ ਦਾ ਅੰਦਾਜ਼ ਕਈ ਵਾਰੀ ਸਮਝਾਉਣ ਦਾ ਅੰਦਾਜ਼ ਵਕਰਾ ਹੁੰਦਾ ਹੈ ਤੇ ਕਈ ਵਾਰੀ ਸਮਝ ਆ ਜਾਂਦੀ ਹੈ ਚੰਗੇ ਤਰੀਕੇ ਨਾਲ ਇਸੇ ਕਰਕੇ ਬਾਰ-ਬਾਰ ਅਸੀਂ ਚੀਜ਼ਾਂ ਨੂੰ ਕਈ ਵਾਰ ਰਿਪੀਟ ਵੀ ਕਰਦੇ ਆਂ ਕੋਈ ਵੀ ਤੁਹਾਡੇ ਕੋਲ ਮਸਲਾ ਹੋਵੇ ਤਾਂ ਸਾਡੇ ਤੱਕ ਜ਼ਰੂਰ ਪਹੁੰਚ ਕਰਨਾ ਇੱਥੇ ਹੀ ਪ੍ਰੋਗਰਾਮ ਦੀ ਕਰਦੇ ਹਾਂ ਸਮਾਪਤੀ ਫਿਰ ਮੁਲਾਕਾਤ ਹੋਏਗੀ ਤਦ ਤੱਕ ਗੁੱਡ ਬਾਏ